ਡਾਰੀਏ ਸਾਡੇ ਆਈਆਂ ਦੇ, ਸਾਡੇ ਆਈਆਂ ਦੇ ਸ਼ਗਨ ਮਨਾ ਡਾਰੀਏ, ਸਾਡੇ ਬੰਗਲੇ ਸਾਡੇ ਬੰਗਲੇ ਪਾ ਕੇ ਆ ਡਾਰੀਏ, ਸਾਡੇ ਬੰਗਲੇ ਤੇਰਾ ਗੂੜਿਆਂ ਰੰਗਾਂ ਦਾ ਚੀਰਾ ਵੇ ਹਰ ਖਾਨਾ ਮੈਂ ਭਰਗੀ, ਮੇਰਾ ਸਿਰ ਨਾ ਭੁਲੋਸਿਆ ਵੀਰਾ ਵੇ ਹਰ ਖਾਨਾ ਮੈਂ ਭਰਗੀ, ਉੱਡ ਦੀਵਾੜ ਦੇ ਚਾਪੇ ਜਗ ਜਿਉਣ ਤੀਆਂ ਦੇ ਮਾਪੇ ਨੀ ਵੀਰ ਪਰ ਜਾਇਆਂ ਦੇ। ਬਹੁਤ ਖੂਬਸੂਰਤ, ਬਹੁਤ ਪਿਆਰਾ। ਔਰ ਜਦੋਂ ਇਹ ਸੋਚਣ ਦੀ ਗੱਲ ਹੈ ਕਿ ਪਰਮਵੀਰ, ਅੱਜ ਕੱਲ੍ਹ ਦਾ ਮਾਹੌਲ ਜਿੱਥੇ ਸੰਗੀਤ ਬਹੁਤ ਤੇਜ਼ ਹੈ, ਬਹੁਤ ਚਕਾ ਚੌਂਧ ਵਾਲਾ ਹੈ, ਉੱਥੇ ਸਾਡੀ ਪੁਰਾਤਨ ਸ਼ੈਲੀ ਨੂੰ ਕਿੱਦਾਂ ਸਾਂਭ ਕੇ ਰੱਖਿਆ ਹੈ ਵੀਰਪਾਲ ਨੇ ਅਤੇ ਪਵਨਦੀਪ ਨੇ, ਇਹ ਸ਼ੌਕ ਕਿੱਥੋਂ ਪੈਦਾ ਹੋਇਆ ਕਿ ਅਸੀਂ ਆਪਣੀ ਪੁਰਾਤਨ ਸ਼ੈਲੀ ਨੂੰ ਸਾਂਭ ਕੇ ਰੱਖਣਾ? ਜਦੋਂ ਹੀ ਅਸੀਂ ਛੋਟੇ ਹੁੰਦੇ ਆਪਣੀਆਂ ਬਜ਼ੁਰਗ ਮਾਵਾਂ ਤੋਂ ਲੋਕ ਗੀਤ ਸੁਣਦੇ ਹੁੰਦੇ ਸੀ ਜੀ, ਤਾਂ ਉਸ ਟਾਈਮ ਕੋਈ ਜ਼ਿਆਦਾ ਸਮਝ ਨਹੀਂ ਸੀ ਹੁੰਦੀ ਸਾਨੂੰ, ਬਸ ਇੱਕ ਲੈਅ ਹੁੰਦੀ ਸੀ, ਸੁਰ ਹੁੰਦੀ ਸੀ ਜੋ ਅੰਦਰ ਬਿਠਾ ਲੈਂਦੇ ਸੀ। ਹੌਲੀ ਹੌਲੀ ਅਸੀਂ ਦੋਹਾਂ ਨੇ ਅਲੱਗ ਅਲੱਗ ਘਰਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਅੱਗੇ ਅੱਗੇ ਪੜ੍ਹਾਈ ਸ਼ੁਰੂ ਕੀਤੀ ਤਾਂ ਸਾਨੂੰ ਲੱਗਾ ਕਿ ਜਿਹੜੇ ਲੋਕ ਗੀਤ ਆ ਅਲੋਪ ਹੁੰਦੇ ਜਾ ਰਹੇ ਆ, ਲੋੜ ਆ ਇਹਨਾਂ ਨੂੰ ਸਾਂਭਣ ਦੀ, ਕਿਸੇ ਨੂੰ ਇਹਨੂੰ ਸਾਂਭਣ ਲਈ ਅੱਗੇ ਆਉਣਾ ਪਵੇਗਾ। ਤਾਂ ਸਾਡੇ ਜਿਹੜੇ ਅਧਿਆਪਕ ਆਏ ਨੇ ਸਾਨੂੰ ਕਾਫੀ ਪ੍ਰੇਰਿਤ ਕੀਤਾ ਕਿ ਤੁਹਾਡੇ ਵਿੱਚ ਕੁਝ ਹੈ, ਤੁਸੀਂ ਇਹਨੂੰ ਸੰਭਾਲ ਸਕਦੇ ਹੋ, ਤਾਂ ਤੁਹਾਨੂੰ ਇਹਨਾਂ ਨੂੰ ਜ਼ਰੂਰ ਸਾਂਭਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਅਸੀਂ ਦੋਵੇਂ ਤਤਪਰ ਹੋ ਗਏ ਲੋਕ ਗੀਤਾਂ ਨੂੰ ਸੰਭਾਲਣ ਲਈ। ਤੁਸੀਂ ਜਿਵੇਂ ਕਿਹਾ ਕਿ ਦੋਨੋਂ ਅਲੱਗ ਅਲੱਗ ਘਰ ਦੇ ਵਿੱਚ, ਅਲੱਗ ਅਲੱਗ ਘਰ ਮਤਲਬ ਤੁਸੀਂ ਇੱਕ ਘਰ ਦੇ ਵਿੱਚ ਨਹੀਂ ਰਹਿੰਦੇ ਹੋ, ਤੁਸੀਂ ਭੈਣਾਂ ਨਹੀਂ ਹੋ? ਨਹੀਂ ਜੀ, ਅਸੀਂ ਸਹੇਲੀਆਂ ਪਰ ਬਚਪਨ ਤੋਂ। ਵਾਹ, ਤੇ ਗਾਉਂਦੇ ਬਿਲਕੁਲ ਭੈਣਾਂ ਵਾਂਗੂ, ਬਹੁਤ ਅੱਛਾ ਗਾਉਂਦੇ ਹੋ, ਪਰਮਾਤਮਾ ਦੀ ਮਿਹਰ ਹੈ ਜੀ। ਤੇ ਕਿੰਨੀ ਪੁਰਾਤਨ ਹੈ ਤੁਹਾਡੀ ਦੋਸਤੀ? ਅਸੀਂ ਤੀਜੀ ਕਲਾਸ ਤੋਂ ਇਕੱਠੇ ਹਾਂ, ਕਿਉਂਕਿ 2 ਸਾਲ ਵੀਰਪਾਲ ਆਪਦੀ ਮਾਸੀ ਜੀ ਕੋਲ ਪੜ੍ਹੀ ਹੈ, ਉਹ 2 ਸਾਲ ਤਾਂ ਨਹੀਂ ਇਕੱਠੇ, ਸ਼ਾਇਦ ਬਚਪਨ ਤੋਂ ਹੀ ਹੁੰਦੇ। ਬਹੁਤ ਖੂਬ। ਅਤੇ ਜੇ ਅਸੀਂ ਕਹੀਏ ਵੀਰਪਾਲ ਅਤੇ ਪਵਨਦੀਪ ਨੂੰ, ਤੁਹਾਡਾ ਮਨਪਸੰਦ ਲੋਕ ਗੀਤ ਕਿਹੜਾ ਹੈ ਅਤੇ ਉਹ ਫਿਰ ਕਿਹੜਾ ਹੋਏਗਾ, ਕਿਹੜਾ ਤੁਸੀਂ ਸੁਣਾਓਗੇ ਸਾਨੂੰ? ਹਾਂਜੀ ਜ਼ਰੂਰ ਜੀ, ਜਿਹੜਾ ਸਾਡਾ ਵੀ ਮਨਪਸੰਦ ਹੈ ਅਤੇ ਸਾਰਿਆਂ ਦਾ ਮਨਪਸੰਦ ਹੈ ਜੀ। ਹਾਂਜੀ, ਕੱਚੀਆਂ ਕਲੀਆਂ ਨਾ ਤੋੜ, ਬਗਾਂ ਦਿਆ ਵੇ ਮਾਲੀਆ, ਕੱਚੀਆਂ ਕਲੀਆਂ ਨਾ ਤੋੜ, ਬਗਾਂ ਦਿਆ ਵੇ ਮਾਲੀਆ, ਇਹਨਾਂ ਕਲੀਆਂ ਕੱਚੀਆਂ ਕਲੀਆਂ ਨਾ ਤੋੜ, ਬਗਾਂ ਦਿਆ ਵੇ ਮਾਲੀਆ, ਸਾਨੂੰ ਮਾਪਿਆਂ ਨਾਲੋਂ ਨਾ ਤੋੜ, ਸੁਹੇ ਚੀਰੇ ਵੇ ਵਾਲਿਆ, ਇਹਨਾਂ ਮਾਪਿਆਂ ਦੀ ਬੜੀ ਏ ਬਹਾਰ, ਸੁਹੇ ਚੀਰੇ ਵੇ ਵਾਲਿਆ। ਕੀ ਬਾਤ ਹੈ, ਕਿੰਨੀ ਸਾਦਗੀ ਹੈ ਪਰਮਵੀਰ, ਔਰ ਇਹੀ ਸਾਦਗੀ ਸਾਡਾ ਜੀਵਨ ਹੈ, ਇਹੀ ਸਾਦਗੀ ਸਾਡੀ ਪਹਿਚਾਣ ਹੈ। ਬਿਲਕੁਲ। ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਆਪਣੇ ਪਰਿਵਾਰ ਤੋਂ ਸ਼ੁਰੂਆਤ ਕੀਤੀ ਔਰ ਤੁਹਾਡੀ ਮੁੱਢਲੀ ਸਿੱਖਿਆ ਪਰਿਵਾਰ ਤੋਂ ਹੀ ਹੋਈ ਹੈ। ਹਾਂਜੀ। ਕਿੰਨਾ ਦਾ ਜ਼ਿਆਦਾ ਯੋਗਦਾਨ ਰਿਹਾ ਹੈ, ਪਿਤਾ ਜੀ ਦਾ, ਮਾਤਾ ਜੀ ਦਾ, ਦਾਦੀ ਜੀ ਦਾ, ਨਾਨੀ ਜੀ ਦਾ? ਐਕਚੁਅਲੀ ਜੇ ਕਹਿ ਦੀ ਇਹਨਾਂ ਨੂੰ ਸਿੱਖਣ ਦੀ ਗੱਲ ਤਾਂ ਦਾਦੀ ਜੀ ਤੋਂ ਸ਼ੁਰੂ ਹੁੰਦਾ। ਦਾਦੀ ਜੀ ਦਾ ਜ਼ਿਆਦਾ ਸਹਿਯੋਗ ਹੈ, ਕਿਉਂਕਿ ਜਦੋਂ ਗਾਉਂਦੇ ਹੁੰਦੇ ਸੀ ਤਾਂ ਬਚਪਨ ਵਿੱਚ ਉਹਨਾਂ ਦੇ ਕੋਲ ਬੈਠ ਜਾਂਦੇ ਸੀ, ਬਹੁਤ ਚੰਗਾ ਲੱਗਦਾ ਸੀ।
ਬਾਅਦ ਵਿੱਚ ਪੇਰੈਂਟਸ ਦਾ ਬਹੁਤ ਸਹਿਯੋਗ ਰਿਹਾ, ਹੁਣ ਤੱਕ ਜਿਹੜਾ ਨਾਲ ਹੀ ਹੈ। ਬਜ਼ੁਰਗ ਪੀੜ੍ਹੀ ਦਾ ਸਹਿਯੋਗ ਹਮੇਸ਼ਾ ਸਾਡੀ ਸਫਲਤਾ ਵਿੱਚ ਸਾਡੇ ਨਾਲ ਰਹਿੰਦਾ ਹੈ ਔਰ ਉਹਨਾਂ ਦਾ ਆਸ਼ੀਰਵਾਦ। ਔਰ ਉਹਨਾਂ ਦੀ ਗਾਇਕੀ ਦੇ ਵਿੱਚ ਉਹ ਨਜ਼ਰ ਆ ਰਿਹਾ ਹੈ ਜੋ ਸਾਡੇ ਬਜ਼ੁਰਗ ਗਾਉਂਦੇ ਹੁੰਦੇ ਸੀ। ਅਤੇ ਵੀਰਪਾਲ, ਤੁਸੀਂ ਵੀ ਆਪਣੇ ਦਾਦੀ ਜੀ ਤੋਂ ਸਿੱਖਦੇ ਸੀ ਜਾਂ ਫਿਰ ਇਹਨਾਂ ਦੇ ਘਰ ਆ ਕੇ ਦਾਦੀ ਜੀ ਤੋਂ ਸਿੱਖਦੇ ਹੁੰਦੇ ਸੀ? ਨਹੀਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਾਡੇ ਭੂਆ ਜੀ ਉਹਨਾਂ ਦੇ ਵਿਆਹ ਹੁੰਦੇ ਸੀਗੇ ਤਾਂ ਛੋਟੇ ਛੋਟੇ ਹੁੰਦੇ ਸੀ, ਜਿਹੜੀਆਂ ਚਾਚੀਆਂ ਤਾਈਆਂ ਦਾਦੀਆਂ ਭੂਆ ਜਦੋਂ ਹੀ ਉਹ ਲੋਕ ਗੀਤ ਗਾਉਂਦੀਆਂ ਹੁੰਦੀਆਂ ਸੀ, ਮੰਨ ਲਓ ਕੁੜੀ ਦੀ ਨਹਾਈ ਧੋਈ ਆ, ਅਤੇ ਉਸ ਤੋਂ ਛੋਟੇ ਛੋਟੇ ਹੁੰਦੇ ਸੀ ਕੋਲ ਖੜੇ, ਬਸ ਉਹਨਾਂ ਨੂੰ ਇੱਦਾਂ ਦੇਖੀ ਜਾਣਾ ਤਾਂ ਉਹਨਾਂ ਨੇ ਜਿਹੜਾ ਲੋਕ ਗੀਤ ਗਾਈ ਜਾਣਾ, ਮੰਨ ਲਓ ਕਿ ਨਹਾਈ ਧੋਈ ਦਾ ਗਾਈ ਜਾਣਾ, ਇੰਨਾ ਦਿਲ ਨੂੰ ਇੰਨਾ ਜ਼ਿਆਦਾ ਟੁੰਬ ਜਾਂਦਾ ਸੀ ਕਿ ਨਾਲ ਦੀ ਨਾਲ ਹੀ ਅੰਦਰ ਬੈਠ ਜਾਂਦਾ ਸੀ। ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਇੰਨਾ ਜ਼ਿਆਦਾ ਇਹ ਅਸੀਂ ਪਰਿਪੱਕ ਹੋ ਜਾਵਾਂਗੇ ਇਹਦੇ ਵਿੱਚ ਗਾਉਣ ਲਈ। ਤਾਂ ਕਹਿ ਸਕਦੇ ਬਜ਼ੁਰਗ ਮਾਈਆਂ ਦਾ ਜਿਹੜਾ ਵਿਸ਼ੇਸ਼ ਰੋਲ ਹੈ ਸਾਨੂੰ ਇਹ ਜਿਹੜਾ ਲੋਕ ਗੀਤ ਦੇਣ ਵਿੱਚ। ਜੀ, ਅਤੇ ਤੁਸੀਂ ਉਹ ਪਹਿਲਾ ਗੀਤ ਕਿਹੜਾ ਗਾਇਆ ਸੀ ਜਦੋਂ ਤੁਸੀਂ ਦੋਨੋਂ ਇਕੱਠੇ ਹੋਏ? ਦੇਖੋ ਜੀ, ਪਵਨ ਨੇ ਅਲੱਗ ਗਾਇਆ, ਮੈਂ ਅਲੱਗ, ਇਕੱਠਿਆਂ ਨੇ ਕਿਹੜਾ ਗੀਤ ਗਾਇਆ? ਜ਼ਰੂਰ ਜੀ, ਸੁਣਾਵਾਂ ਜੀ। ਡੂੰਗੀ ਡੂੰਗੀ ਛਪੜੀ ਓਏ ਠੰਡਾ, ਠਾਰ ਪਾਣੀ ਓਏ ਠੰਡਾ, ਠਾਰ ਪਾਣੀ ਸਾਨੂੰ ਇੱਕ ਮੈਂ ਅਰਜ ਕਰਾਨੀ ਆਪਣੀ ਸੱਸੂ ਦੇ ਕੋਲ, ਸੱਸੂ ਰਾਣੀ ਦੇ ਕੋਲ, ਪੁੱਤ ਕਿਹੜੀ ਮੁਹਿੰਮ ਨੌਕਰ ਤੋਰ ਆਈ ਏ। ਕਿਆ ਬਾਤ ਹੈ, ਆ ਜਾ ਬੈਜਾਨੂ ਹੈ ਨੀਲੇ ਲਾਲ, ਲਾਲ ਪੀੜਾ ਨਿਮੁਖ ਪਾਣ ਪੱਤਾ, ਪੁੱਤ ਤਖਤ ਹਜ਼ਾਰੇ ਚੁਰਮਟ ਖੇਡਦਾਈ ਜਮਾਤ ਦਾ ਨੀ ਕਹਿ ਸਕਦੇ ਜੀ, ਜਿੱਦਾਂ ਜਦੋਂ ਹੀ ਅਸੀਂ ਇਕੱਠੇ, ਜਿੱਦਾਂ ਕਿਹਾ ਤੁਸੀਂ, ਕਿਹਾ ਤੀਸਰੀ ਕਲਾਸ ਤੋਂ ਇਕੱਠੇ ਪੜ੍ਹਦੇ ਹਾਂ, ਤਾਂ ਅੱਗੇ ਤੱਕ ਜਦੋਂ ਇਕੱਠੇ ਪੜ੍ਹਦੇ ਗਏ ਤਾਂ ਜਦੋਂ ਸਾਨੂੰ ਪਿੰਡ 'ਚ ਕੋਈ ਵਿਆਹ ਆ ਜਾਂਦਾ ਸੀ ਸਾਡੇ ਸਕਿਆਂ ਦਾ, ਤਾਂ ਮੈਂ ਅਤੇ ਪਵਨ ਜ਼ਰੂਰ ਉੱਥੇ ਇਕੱਠੀਆਂ ਹੁੰਦੀਆਂ ਸੀ, ਤਾਂ ਇਹਨੇ ਕਹਿਣਾ ਆਹ ਲੋਕ ਗੀਤ ਗਾਉਂਦੇ ਆ, ਇਹ ਮੈਂ ਸਭ ਤੋਂ ਪਹਿਲਾਂ ਸਿੱਖਿਆ ਏ, ਤਾਂ ਉਹਦੀ ਅਸੀਂ ਇਕੱਠੇ ਬੈਠ ਕੇ ਮੰਜਿਆਂ 'ਤੇ ਬਜ਼ੁਰਗ ਮਾਈਆਂ ਨਾਲ, ਇਹ ਜਿਹੜਾ ਡੂੰਘੀ ਡੂੰਘੀ ਛੱਪੜੀ ਆ ਭੂਆ ਜੀ ਉਹਨਾਂ ਨਾਲ ਬੈਠ ਕੇ ਲੋਕ ਗੀਤ ਗਾਉਂਦੇ। ਉਡੀਕ ਰਹਿੰਦੀ ਹੋਏਗੀ ਕਿ ਐਸਾ ਮੌਕਾ ਮਿਲੇ ਅਸੀਂ ਇਕੱਠੀਆਂ ਗਾਈਏ ਜੀ। ਹੁਣ ਮੌਕਾ ਮਿਲਿਆ ਹੈ ਦਰਸ਼ਕਾਂ ਨਾਲ ਸਾਂਝ ਪਾਉਣ ਦਾ, ਅਤੇ ਇੱਕ ਫੋਨ ਕਾਲ ਆ ਚੁੱਕੀ ਹੈ ਜੀ। ਜੀ, ਸਵਾਗਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਵੀ ਜਿਹੜੇ ਇਹਨਾਂ ਨੇ ਇਸ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਜੀ, ਬਹੁਤ ਧੰਨਵਾਦ ਆ, ਕਿਉਂਕਿ ਸਮਾਗਮਾਂ ਦੇ ਵਿੱਚ ਤਾਂ ਸੁਣਨ ਨੂੰ ਇਸ ਚੀਜ਼ਾਂ ਮਿਲ ਜਾਂਦੀਆਂ, ਪਰ ਜਿਹੜਾ ਇਹਨਾਂ ਦੀ ਮਤਲਬ ਜਵਾਨ ਦੇ ਵਿੱਚ ਮੈਂ ਮਿਠਾਸ ਦੇਖੀ ਹੈ, ਮੈਨੂੰ ਲੱਗਦਾ ਵੀ ਉਹ ਕਿਤੇ ਹੁਣ ਅਲੋਪ ਹੋ ਰਹੀ ਹੈ, ਇਹਨਾਂ ਨੇ ਸਾਂਭ ਕੇ ਰੱਖਿਆ, ਇਹਨਾਂ ਦੇ ਧੰਨਵਾਦ ਦੀਆਂ। ਇਹਨਾਂ ਬੱਚੀਆਂ ਨੂੰ, ਇਹਨਾਂ ਧੀਆਂ ਨੂੰ, ਇਹਨਾਂ ਭੈਣਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਕਿੱਥੋਂ ਦੀਆਂ ਰਹਿਣ ਵਾਲੀਆਂ, ਕੀ ਇਹਨਾਂ ਨੇ ਇਸ ਦੇ ਨਾਲ ਵੀ ਇਹਨਾਂ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ, ਜੇ ਇਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ ਤਾਂ ਫਿਰ ਇਹ ਤਾਲਮੇਲ ਕਿੱਦਾਂ ਬਣਦਾ ਤੇ ਇਹ ਕਿਸ ਤਰ੍ਹਾਂ ਸਿਸਟਮ ਇਹਨਾਂ ਦਾ ਸਭ ਚਾਹੁੰਦੇ ਆ ਜੀ। ਧੰਨਵਾਦ ਜੀ, ਇਸੇ ਸਵਾਲ ਤੇ ਅਸੀਂ ਆਣਾ ਸੀ। ਬਹੁਤ ਹਿਸਟਰੀ ਪੁੱਛ ਲਈ ਹੈ ਜੀ। ਹਾਂਜੀ, ਬਹੁਤ ਸਹੀ ਸਵਾਲ ਪੁੱਛਿਆ ਜੀ ਉਹਨਾਂ ਨੇ, ਜ਼ਰੂਰ ਦੱਸਾਂਗੇ। ਸਾਡਾ ਪਿੰਡ ਹੈ ਜੀ ਖੋਸਾ ਕੋਟਲਾ, ਜ਼ਿਲ੍ਹਾ ਮੋਗਾ, ਅਤੇ ਅਸੀਂ, ਮੈਂ ਅਤੇ ਪਵਨ ਨੇ, ਜਿੱਦਾਂ ਪਵਨ ਦੱਸ ਚੁੱਕੀ ਹੈ ਕਿ ਤੀਸਰੀ ਕਲਾਸ ਤੋਂ ਅਸੀਂ ਇਕੱਠੇ ਸੀ, ਪਹਿਲਾਂ ਜਿਹੜੀ 12ਵੀਂ ਜਮਾਤ ਦੀ ਜਿਹੜੀ ਸਿੱਖਿਆ ਹੈ ਅਸੀਂ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ, ਉਸ ਤੋਂ ਬਾਅਦ ਅਸੀਂ ਬੀ ਏ ਓਨਰਸ ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲੇ ਗਏ ਜੀ, ਐੱਮ ਏ ਕੀਤੀ, ਉਸ ਤੋਂ ਬਾਅਦ ਬੀ ਐੱਡ ਕੀਤੀ ਮੋਗਾ ਕੋਲਜ ਆਫ ਐਜੂਕੇਸ਼ਨ ਘੱਲ ਕਲਾਂ, ਹੁਣ ਅਸੀਂ ਮੈਂ ਅਤੇ ਪਵਨ ਦੋਵੇਂ ਬਾਬਾ ਕੁੰਦਨ ਸਿੰਘ ਕੋਲਜ ਮਹਾਰ ਵਿੱਚ ਮਤਲਬ ਐਜ਼ ਅ ਲੈਕਚਰਾਰ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਅਤੇ ਨਾਲ ਨਾਲ ਜਿਹੜੀਆਂ ਲੋਕ ਗੀਤਾਂ ਦੀਆਂ ਟੀਮਾਂ ਤਿਆਰ ਕਰ ਰਹੇ ਹਾਂ, ਅਤੇ ਇਸ ਲੋਕ ਗੀਤਾਂ ਨਾਲ ਅਸੀਂ ਇਸੇ ਚੱਲਦੇ ਸਫ਼ਰ ਦੌਰਾਨ ਜੁੜੇ ਹੋਏ ਹਾਂ।
ਕਿਹੜੇ ਵਿਸ਼ੇ ਨੂੰ ਤੁਸੀਂ ਪੜ੍ਹਾ ਰਹੇ ਹੋ ਇਸ ਵੇਲੇ? ਹਾਂਜੀ, ਅਸੀਂ ਪੰਜਾਬੀ ਲਿਟਰੇਚਰ ਪੜ੍ਹਾਉਂਦੇ। ਕੀ ਬਾਤ ਹੈ, ਬਹੁਤ ਖੂਬ। ਅਤੇ ਤੁਸੀਂ ਗੀਤ ਜਿਹੜਾ ਤੁਸੀਂ ਪਿੱਛੇ ਸੁਣਾਇਆ ਉਹਦੇ ਵਿੱਚ ਇੱਕ ਮਤਲਬ 3 ਵਾਰ ਮੇਰੇ ਖਿਆਲ 3 ਕਿ 4 ਵਾਰ ਲੰਬੀ ਹੇਕ ਲਈ ਹੈ, ਅਤੇ ਇਹ ਲੰਬੀ ਹੇਕ ਦਾ ਮਤਲਬ ਕੀ ਰਿਆਜ਼ ਹੁੰਦਾ ਹੈ, ਕਿਸ ਤਰ੍ਹਾਂ, ਕਿਉਂਕਿ ਆਮ ਬੰਦਾ ਨਹੀਂ ਰਹਿ ਸਕਦਾ ਇੱਡੀ ਲੰਬੀ। ਬਿਲਕੁਲ ਸਹੀ, ਔਰ ਐਡਾ ਲੰਬਾ ਸਾਹ। ਪਵਨ ਹੱਸਦੀ ਹੁੰਦੀ ਹੈ ਕਿ ਪਤਾ ਨਹੀਂ ਰੱਬ ਨੇ ਆਪਣੇ ਅੰਦਰ ਕੀ ਫਿੱਟ ਕਰ ਦਿੱਤਾ, ਇਹ ਲੰਬੀ ਰਾਹ ਜਿਹੜੀ ਹੇਕ, ਇਹਦਾ ਰਾਜ਼ ਅੱਜ ਤੱਕ ਸਾਨੂੰ ਵੀ ਨਹੀਂ ਪਤਾ ਲੱਗਾ ਜੀ। ਪਰ ਫਿਰ ਵੀ ਜਿੱਦਾਂ ਕਹਿ ਸਕਦੇ ਹਾਂ, ਜਦੋਂ ਪਿੱਛੋਂ ਜਿਹੜੀ ਆਪਾਂ ਜਿਹੜਾ ਲਾਸਟ ਜਿਹੜਾ ਸ਼ਬਦ ਹੁੰਦਾ ਉਹਨੂੰ ਗਰਾਰੀ ਮਾਰਨਾ ਕਹਿੰਦੇ ਆ ਜੀ, ਉਹ ਅੰਦਰੋਂ ਹੀ ਜਿਹੜੀ ਗਲੇ 'ਚੋਂ ਗਰਾਰੀ ਮਾਰੀ ਜਾਂਦੀ ਹੈ ਅਤੇ ਜਿਹੜੀ ਹੇਕ ਆਪਦੇ ਆਪ ਲੰਬੀ ਚਲੀ ਜਾਂਦੀ ਹੈ ਅਤੇ ਉਹਨੂੰ ਉੱਪਰੋਂ ਥੱਲੇ ਨੂੰ ਲਿਜਾਇਆ ਜਾਂਦਾ ਹੇਕ ਨੂੰ। ਜੇ ਉੱਪਰ ਨੂੰ ਲੈ ਜਾਈਏ ਉਹ ਸਹੀ ਹੇਕ ਨਹੀਂ ਰਹਿੰਦੀ। ਜਦੋਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੀ ਹੇਕ ਆ ਉੱਪਰੋਂ ਥੱਲੇ ਨੂੰ ਲਿਆਓ, ਆਪਦੇ ਆਪ ਲੰਬੀ ਆ ਜਾਊਗੀ। ਅੱਛਾ ਜੀ, ਬੱਚਿਆਂ ਨੂੰ ਵੀ ਤੁਸੀਂ ਸਿਖਾਉਂਦੇ ਹੋ? ਜੀ ਬਿਲਕੁਲ। ਅਤੇ ਕਿਹੜੇ ਗੀਤ ਹੈ ਉਹ ਵੀ ਆਪਾਂ ਪੁੱਛ ਲੈਂਦੇ ਜਿਹੜੇ ਬੱਚਿਆਂ ਨੂੰ ਸਿਖਾਉਂਦੇ ਹੋ ਤੁਸੀਂ? ਹਾਂਜੀ, ਪਹਿਲਾਂ ਤਾਂ ਜਿਹੜਾ ਅਸੀਂ ਲੋਕ ਗੀਤ ਹਮੇਸ਼ਾ ਜਿੱਤਿਆ, ਸਭ ਤੋਂ ਪਹਿਲਾਂ ਉਹ ਸਿਖਾਇਆ ਬੱਚਿਆਂ ਨੂੰ ਜੀ। ਬਾਕੀ ਹੋਰ ਵੀ ਗੀਤ ਸਿਖਾਉਂਦੇ ਹਾਂ, ਤੁਹਾਨੂੰ ਸੁਣਾਉਣ ਲੱਗੇ ਹਾਂ ਜੀ। ਬਿਲਕੁਲ। ਕੁੜੀਏ ਬਹੁਤ ਮਜ਼ਾ ਆ ਰਿਹਾ ਪ੍ਰੋਗਰਾਮ ਦੇਖ ਕੇ। ਸ਼ੁਕਰੀਆ। ਹਾਂਜੀ, ਪਹਿਲਾਂ ਮੈਂ ਸਵਾਲ ਆਪਣੀਆਂ ਭੈਣਾਂ ਨੂੰ ਕਰਨਾ ਚਾਹੁੰਦੇ, ਦੇਖੋ ਸੱਭਿਆਚਾਰ ਜਿਹੜਾ ਸਾਨੂੰ ਪੁਰਾਣਾ ਵਿਰਸਾ ਯਾਦ ਕਰਵਾਤਾ ਪਿੰਡਾਂ ਦੇ ਵਿੱਚ। ਜਦੋਂ ਪਹਿਲਾਂ ਵਿਆਹ ਹੁੰਦਾ ਸੀ, ਗੌਣ ਬਿਠਾਏ ਜਾਂਦੇ ਸੀ ਪਿੰਡ ਦੀਆਂ ਜਿਹੜੀਆਂ ਬੁੜੀਆਂ, ਰਾਤ ਨੂੰ ਲੇਡੀਜ਼ ਇਕੱਠੀਆਂ ਹੋ ਕੇ ਜਦੋਂ ਜਾ ਕੇ ਬੈਠਦੀਆਂ ਸੀ, ਗੌਣ ਬੋਲਦੀਆਂ ਸੀ 12-12 1 ਵਜੇ ਤੱਕ, ਬੜਾ ਮਜ਼ਾ ਆਉਂਦਾ ਸੀ। ਪਰ ਅੱਜ ਉਹ ਨਹੀਂ ਹੈਗਾ ਰਿਵਾਜ਼, ਆਪਣਾ ਹੈ ਵੀ ਹੈ ਪਰ ਬਹੁਤ ਘੱਟ ਹੈ। ਤੇ ਤੁਹਾਨੂੰ ਵੀ ਅੱਜ ਕੱਲ੍ਹ ਕਿਤੇ ਨਾ ਕਿਤੇ ਜਦੋਂ ਵੀ ਗੌਣ ਬਿਠਾਇਆ ਜਾਂਦਾ, ਘੋੜੀਆਂ ਦਾ ਸੁਹਾਗ ਬੋਲਣ ਵਾਸਤੇ ਬੁਲਾਇਆ ਜਾਂਦਾ। ਦੂਸਰਾ ਸਵਾਲ ਇਹ ਹੈ, ਸਵਾਲ ਦੀ ਮੰਗ ਹੈ ਜੀ ਮੇਰੀ, ਕਿ ਇੱਕ ਘੋੜੀ ਜਦੋਂ ਚੜ੍ਹਿਆ ਵੀਰਾ, ਘੋੜੀ ਦਿੰਦਾ ਤੁਹਾਡੇ ਕੋਲ ਸੁਣੀ ਚਾਹੁੰਦਾ ਜੀ। ਕੀ ਬਾਤ ਹੈ, ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਪਹਿਲਾਂ ਤੇ, ਕੀ ਤੁਸੀਂ ਵੀ ਜਾਂਦੇ ਹੋ ਜਾਗੋ ਤੇ ਗਾਉਣ ਤੇ? ਜਿੱਦਾਂ ਅਸੀਂ ਦੱਸ ਚੁੱਕੇ ਹਾਂ ਕਿ ਜਦੋਂ ਮਤਲਬ ਰਿਸ਼ਤੇਦਾਰਾਂ 'ਚ ਵਿਆਹ ਹੁੰਦਾ ਹੈ ਜਾਂ ਪਿੰਡ 'ਚ ਵਿਆਹ ਹੁੰਦਾ ਹੈ ਤੇ ਸਭ ਨੂੰ ਹੁੰਦਾ ਹੈ ਕਿ ਵੀਰਪਾਲ ਪਵਨ ਜ਼ਰੂਰ ਆ ਜਾਣ ਤੇ ਉਹ ਰੌਣਕ ਲਾ ਦੇਣਗੀਆਂ। ਤਾਂ ਅਸੀਂ ਦੋਵੇਂ ਰਲ ਕੇ ਮਤਲਬ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਚਲੋ ਜੋ ਜ਼ਮਾਨਾ ਬਦਲ ਗਿਆ ਉਹ ਬਦਲ ਗਿਆ, ਪਰ ਪੁਰਾਣੀ ਚੀਜ਼ ਨੂੰ ਜ਼ਰੂਰ ਸਾਂਭ ਕੇ ਰੱਖਿਆ ਜਾਵੇ। ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਬਜ਼ੁਰਗ ਮਾਈਆਂ ਨੂੰ ਇਕੱਠਾ ਕੀਤਾ ਜਾਵੇ, ਲੋਕ ਗੀਤ ਗਾਏ ਜਾਣ, ਫਿਰ ਉਹ ਨਾ ਚਾਹੁੰਦਿਆਂ ਵੀ ਸਾਡੇ ਨਾਲ ਗਾਉਂਦੀਆਂ ਹੈ ਕਿ ਜੋ ਸਾਡੀਆਂ ਧੀਆਂ ਚਾਹੁੰਦੀਆਂ ਤਾਂ ਅਸੀਂ ਕਿਉਂ ਨਾ ਗਾਈਏ। ਤਾਂ ਅਸੀਂ ਰਲ ਕੇ ਜ਼ਰੂਰ ਉਹਨਾਂ ਨਾਲ ਰੌਣਕ ਲਾਉਣਾ ਚਾਹੀਦਾ। ਵੀਰਪਾਲ ਜੀ, ਸਾਡੇ ਵੀ ਹੁਣ ਰਿਸ਼ਤੇਦਾਰ ਬਣ ਗਏ ਤੇ ਹੁਣ ਆਪਾਂ ਵੀ ਤੁਹਾਨੂੰ ਇਨਵੀਟੇਸ਼ਨ ਦੇ ਦਿੰਦੇ ਹਾਂ ਪਹਿਲਾਂ ਹੀ ਜ਼ਰੂਰ ਜੀ। ਤੇ ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਬਜ਼ੁਰਗਾਂ ਨੂੰ ਤੁਸੀਂ ਨਾਲ ਬਿਠਾਉਂਦੇ ਹੋ ਤੇ ਕੁੜੀਆਂ ਨੂੰ ਕਿਉਂ ਨਹੀਂ, ਕਿਉਂਕਿ ਤੁਸੀਂ ਆਪ ਆਪਣੀ ਹਮਉਮਰ ਸਾਥਣਾਂ ਨੂੰ ਵੀ ਨਾਲ ਬਿਠਾ ਸਕਦੇ ਹੋ? ਗੱਲ ਇਹ ਹੈ ਕਿ ਅਸੀਂ ਜਿੰਨਾਂ ਵੀ ਨੋਟ ਕੀਤਾ ਹੈ, ਪਸੰਦ ਸਾਰੇ ਹੀ ਕਰਦੇ ਆ ਜੀ, ਸੁਣਨੇ ਸਾਰਿਆਂ ਨੂੰ ਚੰਗੇ ਲੱਗਦੇ ਆ। ਸ਼ਾਇਦ ਮੈਨੂੰ ਇਹ ਲੱਗਦਾ ਕਿ ਕੁੜੀਆਂ ਦੇ ਅੰਦਰ ਇੱਕ ਝੇਫ ਹੈ ਕਿ ਉਹ ਅੱਜ ਦੇ ਮਾਡਰਨ ਬਣਨਾ ਚਾਹੁੰਦੇ ਆ, ਪਰ ਮਾਡਰਨ ਜ਼ਰੂਰ ਬਣੋ, ਪੁਰਾਣੀਆਂ ਚੀਜ਼ਾਂ ਨੂੰ ਨਾਲ ਲੈ ਕੇ ਜ਼ਰੂਰ ਚੱਲਣਾ ਚਾਹੀਦਾ। ਬਹੁਤ ਅੱਛੀ ਗੱਲ। ਪਰ ਜਦੋਂ ਅਸੀਂ ਗਾਉਂਦੇ ਹਾਂ ਬਜ਼ੁਰਗ ਮਾਵਾਂ ਨਾਲ, ਉਹ ਸੁਣਦੇ ਜ਼ਰੂਰ ਹੈ,
ਪਰ ਕੋਸ਼ਿਸ਼ ਵੀ ਕਰਦੇ ਆ, ਜਿਵੇਂ ਸਾਡੇ ਕਾਲਜ ਦੀਆਂ ਕੁੜੀਆਂ ਕਹਿ ਸਕਦੇ ਜਦੋਂ ਸੁਣਦੇ ਆ ਤੇ ਉਹ ਕਹਿੰਦੇ ਮੈਡਮ ਜੀ ਸਾਨੂੰ ਵੀ ਸੁਣਾਓ, ਸਾਨੂੰ ਸਿਖਾਓ ਵਿਹਲੇ ਟਾਈਮ ਵਿੱਚ। ਜਦੋਂ ਮਤਲਬ ਆਪਾਂ ਕਹਿ ਸਕਦੇ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਆ ਪੰਜਾਬੀ ਬੋਲਣ ਤੋਂ ਇੰਨਾ ਹਿਚਕਦੀਆਂ ਆ ਤੇ ਫਿਰ ਜਿਹੜੇ ਪੁਰਾਣੇ ਲੋਕ ਗੀਤ ਆ ਉਹ ਕਿਸ ਤਰ੍ਹਾਂ ਗਾ ਸਕਦੇ ਆ। ਤੇ ਇੱਕ ਪਰਮ ਇਹ ਵੀ ਕਿਹਾ ਜਾਂਦਾ ਹੈ ਕਿ ਮਾਡਰਨ ਉਹ ਹੈ ਜਿਹੜਾ ਆਪਣੀ ਸੰਸਕ੍ਰਿਤੀ ਨੂੰ ਨਾਲ ਲੈ ਕੇ ਤੁਰਦਾ ਹੈ, ਜਿਹੜਾ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਦਾ ਹੈ, ਉਹੀ ਮਾਡਰਨ ਹੈ। ਤੇ ਹੁਣ ਫਰਮਾਇਸ਼ ਪੂਰੀ ਕਰਦੀ ਹੈ ਆਪਣੇ ਦਰਸ਼ਕ ਦੀ, ਦਰਸ਼ਕ ਜੀ ਜ਼ਰੂਰ ਜੀ। ਇੱਕ ਘੋੜੀ ਦੀ ਫਰਮਾਇਸ਼ ਆਈ ਹੈ ਤੇ ਆਪਾਂ ਘੋੜੀ ਸੁਣਾਂਗੇ ਤੁਹਾਡੇ ਕੋਲੋਂ ਜੀ। ਬਾਗੀਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਜਾਏ ਕਲੀ ਵੇ ਕਲੀ, ਬਾਗੀ ਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਜਾਏ ਕਲੀ ਵੇ ਕਲੀ, ਚੀਰਾ ਬਨ ਮੇਰਿਆ ਵੀਰਾ, ਕਲਗੀ ਸਜਾਦਿਆਂ ਖੜੀ ਵੇ ਖੜੀ, ਸੇਰਾ ਬਨ ਮੇਰਿਆ ਵੀਰਾ, ਕਲਗੀ ਸਜਾਦਿਆਂ ਖੜੀ ਵੇ ਖੜੀ। ਕਿਆ ਬਾਤ, ਬਹੁਤ ਖੂਬਸੂਰਤ। ਅੱਛਾ, ਇੱਕ ਸਵਾਲ ਸਾਡੇ ਮਨ 'ਚ ਆਉਂਦਾ ਹੈ ਕਿ ਤੁਸੀਂ ਸਕੂਲ ਵਿੱਚ ਇਕੱਠੇ ਹੋ, ਤੀਸਰੀ ਜਮਾਤ ਤੋਂ ਇਕੱਠੇ ਹੋ, ਔਰ 2 ਸਾਲ ਵਾਸਤੇ ਇੱਕ ਮਾਸੀ ਜੀ ਕੋਲ ਜਾਣ ਦਾ ਇੱਕ ਵਕਫਾ ਵੀ ਰਿਹਾ ਵਿੱਚ ਕਿ ਮਾਸੀ ਜੀ ਕੋਲ ਚਲੇ ਗਏ ਔਰ ਤੁਸੀਂ ਅਲੱਗ ਰਹੇ, ਉਹ ਅਲੱਗ ਰਹੇ। ਹੁਣ ਤੁਹਾਡੇ ਦਿਮਾਗ 'ਚ ਕਦੀ ਇਹ ਸੋਚ ਆਉਂਦੀ ਹੈ ਕਿ ਜਦੋਂ ਵਿਆਹ ਹੋ ਜਾਏਗਾ ਤੁਸੀਂ ਅਲੱਗ ਅਲੱਗ ਚਲੇ ਜਾਓਗੇ ਅਤੇ ਫਿਰ ਇਸ ਸੰਗੀਤ ਨੂੰ ਜਿਉਂਦਾ ਕਿਵੇਂ ਰੱਖੋਗੇ, ਔਰ ਦੂਸਰਾ ਇੱਕ ਦੂਜੇ ਦੇ ਵਿਆਹ 'ਚ ਗਾਉਣ ਕਿਵੇਂ ਗਾਓ? ਬਹੁਤ ਅੱਛਾ ਸਵਾਲ ਹੈ ਸੰਜੀਵ, ਬਹੁਤ ਸਹੀ ਪੁੱਛਿਆ ਜੀ। ਅਸੀਂ ਵੀ ਖੁਦ ਸੋਚ ਕੇ ਪਰੇਸ਼ਾਨ ਹੋ ਜਾਂਦੇ ਹਾਂ ਜੀ, ਕਿਉਂਕਿ ਜਿਹੜੀ ਲੜਕੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਕਹਿ ਸਕਦੇ ਉਹਨਾਂ ਦੇ ਫੈਸਲੇ ਹਮੇਸ਼ਾ ਹੀ ਮਾਪਿਆਂ ਦੇ ਘਰੇ, ਪੇਰੈਂਟਸ ਦੇ ਹੱਥ ਹੁੰਦੇ ਆ ਅਤੇ ਅਗਾਂਹ ਜਾ ਕੇ ਸਹੁਰਿਆਂ ਦੇ ਹੱਥ ਹੁੰਦੇ ਆ। ਅਤੇ ਅਸੀਂ ਸੋਚਦੇ ਹੁੰਦੇ ਹਾਂ ਕਿ ਪਤਾ ਨਹੀਂ ਉਹ ਸਾਨੂੰ ਮੌਕਾ ਦੇਣਗੇ ਅੱਗੇ ਸਾਨੂੰ ਲੋਕ ਗੀਤਾਂ ਨੂੰ ਲੈ ਕੇ ਜਾਣ ਦਾ ਜਾਂ ਨਹੀਂ, ਪਰ ਫਿਰ ਅਸੀਂ ਇਹ ਵੀ ਆਂਸਰ ਆਪੇ ਦਿੰਦੀਆਂ ਹੁੰਦੀਆਂ ਕਿ ਇਹ ਕੁਝ ਮਾੜਾ ਨਹੀਂ, ਉਹ ਸਾਨੂੰ ਜ਼ਰੂਰ ਮੌਕਾ ਦੇਣਗੇ ਅੱਗੇ ਲੋਕ ਗੀਤਾਂ ਨੂੰ ਲਿਜਾਣ ਦਾ ਅਤੇ ਅਸੀਂ ਗਾਉਂਦੀਆਂ ਰਹਾਂਗੇ। ਬਾਕੀ ਜਿੱਥੋਂ ਤੱਕ ਵਿਆਹ 'ਤੇ ਗਾਉਣ ਦੀ ਗੱਲ ਹੈ, ਅਸੀਂ ਕਹਿੰਦੇ ਹਾਂ ਕਿ ਰਿਕਾਰਡਿੰਗ ਕਰਕੇ ਰੱਖ ਲੈਂਦੇ ਉਦੋਂ ਲਾ ਦਾਂਗੇ। ਪਰਮਵੀਰ ਔਰ ਪਵਨਦੀਪ ਔਰ ਜਦੋਂ ਵੀਰਪਾਲ ਆਪਣਾ ਆਪਣਾ ਵਿਆਹ ਉਹਨਾਂ ਦਾ ਹੋਏਗਾ ਅਤੇ ਇੱਕ ਦੂਸਰੇ ਦੇ ਵਿਆਹ 'ਤੇ ਤੁਸੀਂ ਗਾਓਗੇ, ਉਹ ਤਾਂ ਸਾਨੂੰ ਸਭ ਨੂੰ ਕਲੀਅਰ ਹੈ। ਜ਼ਰੂਰ ਜੀ ਜੀ। ਅਤੇ ਜਿਵੇਂ ਤੁਸੀਂ ਕਿਹਾ ਕਿ ਰਿਕਾਰਡਿੰਗ ਕਰਕੇ ਰੱਖਾਂਗੇ, ਅਤੇ ਕਦੀ ਰਿਕਾਰਡਿੰਗ ਕੋਈ ਹੋਈ ਵੀ ਹੈ ਜਾਂ ਇਨ ਫਿਊਚਰ ਤੁਸੀਂ ਕੁਛ ਰਿਕਾਰਡ ਕਰਨਾ ਚਾਹੋਗੇ, ਆਪਣੀ ਐਲਬਮ ਨਿਕਾਲਣਾ ਚਾਹੋਗੇ? ਸਾਡੀ ਰਿਕਾਰਡਿੰਗ ਜੀ ਜਿੱਦਾਂ ਲੋਕ ਗੀਤਾਂ 'ਤੇ ਅਸੀਂ ਕਿਤਾਬ ਲਿਖ ਚੁੱਕੇ ਹਾਂ। ਅੱਛਾ ਜੀ। ਅਤੇ ਸਾਡਾ ਸੀ ਥੋੜ੍ਹਾ ਹਟ ਕੇ ਕੰਮ ਕੀਤਾ ਜਾਵੇ, ਜਿੱਦਾਂ ਲੋਕ ਗੀਤਾਂ 'ਤੇ ਬਹੁਤ ਜ਼ਿਆਦਾ ਕਿਤਾਬਾਂ ਛਪ ਚੁੱਕੀਆਂ, ਜਦੋਂ ਅਸੀਂ ਕੋਈ ਲੋਕ ਗੀਤ ਦੀ ਕਿਤਾਬ ਚੱਕਦੇ ਸੀ ਤਾਂ ਸਾਨੂੰ ਇਹ ਹੁੰਦਾ ਸੀ ਇਹਨੂੰ ਗਾਈਦਾ ਕਿੱਦਾਂ ਲੋਕ ਗੀਤ ਨੂੰ, ਤਾਂ ਅਸੀਂ ਕਿਹਾ ਕਿਉਂ ਨਾ ਕੁਝ ਐਸਾ ਕੀਤਾ ਜਾਵੇ ਪੜ੍ਹਨ ਵਾਲੇ ਇਹਨੂੰ ਗਾਉਣਾ ਵੀ ਸਿੱਖ ਸਕਣ। ਤਾਂ ਅਸੀਂ ਜਿਹੜੇ ਲੋਕ ਗੀਤਾਂ ਦੀ ਕਲੈਕਸ਼ਨ ਕਰਕੇ ਨਾਲ ਆਪਦੀ ਆਵਾਜ਼ ਵਿੱਚ ਰਿਕਾਰਡਿੰਗ ਸੀਡੀ ਰਿਕਾਰਡ ਕਰਕੇ ਅਟੈਚ ਕੀਤੀ ਹੋਈ ਆ ਜੀ, ਜੋ ਕਿ ਕਹਿ ਸਕਦੇ ਹਾਂ ਕਾਫੀ ਦੇਸ਼ਾਂ ਵਿੱਚ ਪਹੁੰਚ ਚੁੱਕੀ ਆ ਤੇ ਜਿਹੜੇ ਬੱਚੇ ਆ ਜਾਂ ਬਜ਼ੁਰਗ ਆ ਉਹਨੂੰ ਸੁਣਦੇ ਆ ਤੇ ਸਿੱਖਦੇ। ਇਸ ਵੇਲੇ ਤੁਹਾਡੇ ਕੋਲ ਉਹ ਕਿਤਾਬ ਪਈ ਹੈ ਤੇ ਆਪਾਂ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਵੀ ਉਹ ਕਿਤਾਬ ਦਿਖਾਓ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਦੇਖਣਾ ਚਾਹਣਗੇ ਤੇ ਉਹ ਵੀ ਖਰੀਦਣਾ ਚਾਹਣਗੇ ਕਿਤਾਬ। ਜ਼ਰੂਰ ਜੀ। ਬੁੱਕ ਦਾ ਨਾਮ ਹੈ ਜੀ ਜ਼ਿੰਦਨੀ ਰੌਣਕ ਕੁੜੀਆਂ ਦੀ, ਜੋ ਕਿ ਅਸੀਂ ਕੁੜੀਆਂ ਨੂੰ ਖਾਸ ਕਰਕੇ ਸਮਰਪਿਤ ਕੀਤੀ ਆ ਕਿ ਜਿਹੜੀਆਂ ਕੁੜੀਆਂ ਹੈ ਉਹ ਕੁਝ ਵੀ ਜਿਹੜਾ ਹੈ ਪੋਸੀਬਲ ਆ ਉਹਨਾਂ ਲਈ ਉਹ ਕਰ ਸਕਦੀਆਂ ਜੀ। ਅਤੇ ਇਹਦੇ ਵਿੱਚ ਜੀ ਇਹਦੇ 'ਚ ਗੀਤ ਨੇ? ਹਾਂਜੀ, ਇਹਦੇ ਵਿੱਚ ਗੀਤ ਨੇ ਜੀ, 3-4 ਪਾਰਟਾਂ 'ਚ ਵਿੱਚ ਡਿਵਾਈਡ ਕੀਤੀ ਹੋਈ ਹੈ ਬੁੱਕ। ਜਿਹੜੇ ਪਹਿਲੇ ਲੋਕ ਗੀਤ ਆ ਉਹ ਵਿਆਹ ਦੀਆਂ ਰਸਮਾਂ ਦੇ ਲੋਕ ਗੀਤ ਆ, ਇਸ ਤੋਂ ਜਿਹੜਾ ਅਗਲਾ ਭਾਗ ਅਸੀਂ ਹੈਗਾ ਹੈ ਉਹ ਹੈਗਾ ਸਮਾਜਿਕ ਰਿਸ਼ਤਿਆਂ ਨੂੰ ਦਰਸਾਉਂਦੇ ਲੋਕ ਗੀਤ, ਇਸ ਤੋਂ ਜਿਹੜਾ ਅਗਲਾ ਭਾਗ ਹੈ ਉਹ ਹੈਗਾ ਹੈ ਕਿ ਲੋਹੜੀ 'ਤੇ ਗਾਏ ਜਾਣ ਵਾਲੇ ਲੋਕ ਗੀਤ ਜਾਂ ਜਦੋਂ ਲੜਕਾ ਹੁੰਦਾ ਹੈ 13ਵਾਂ ਵੰਡਦੇ ਲੋਕ ਗੀਤ, ਇਸ ਤੋਂ ਜਿਹੜਾ ਅਗਲਾ ਭਾਗ ਹੈ ਉਹਦੇ ਵਿੱਚ ਜਿੱਦਾਂ ਪਿੰਡਾਂ ਵਿੱਚ ਸ਼ਹੀਦਾਂ ਦੀ ਮਿੱਟੀ ਕੱਢਣ ਜਾਂਦੇ ਆ ਤਾਂ ਟਰਾਲੀਆਂ 'ਤੇ ਜਦੋਂ ਲੋਕ ਮੇਲੇ ਨੂੰ ਜਾਂਦੇ ਆ ਤਾਂ ਜਿਹੜੇ ਲੋਕ ਗੀਤ ਆ ਕਿਹੜੇ ਗਾਏ ਜਾਂਦੇ। ਸੀ ਡੀ ਵੀ ਨਾਲ ਅਟੈਚ ਹੈ? ਬਿਲਕੁਲ ਜੀ, ਸੀ ਡੀ ਨਾਲ ਅਟੈਚ। ਸਾਡੇ ਇੱਕ ਦਰਸ਼ਕ ਨੂੰ ਇਹ ਚੀਜ਼ ਪਸੰਦ ਆਈ ਹੈ, ਸ਼ਾਇਦ ਇਸ ਦੇ ਬਾਬਤ ਹੀ ਕੋਈ ਪੁੱਛਣਗੇ ਸਵਾਲ ਜੀ। ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਕਲਾਂ ਤੇ ਗੀਤ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਕਰ ਸਕਦੇ ਹੋ? ਤੁਹਾਡੀ ਆਵਾਜ਼ ਪਹੁੰਚ ਚੁੱਕੀ ਹੈ, ਆਪਣਾ ਸਵਾਲ ਰੱਖੋ। ਨਿਰਮਲ ਸਿੰਘ ਜੀ, ਤੁਹਾਡੀ ਆਵਾਜ਼ ਪਹੁੰਚ ਚੁੱਕੀ ਹੈ ਸਾਡੇ ਕੋਲ ਜੀ, ਗੱਲਬਾਤ ਕਰ ਸਕਦੇ ਹੋ? ਜੀ ਹੈਲੋ ਜੀ ਜੀ ਹਾਂ ਜੀ ਹਾਂ ਬਾਕੀ
ਸੱਭਿਆਚਾਰ ਆ ਪੁਰਾਣਾ ਉਹ ਪੈਸੇ ਦੇ ਨਾਲ ਸਾਰੇ ਸਰੋਤਿਆਂ ਨੂੰ ਕਿੰਨੀ ਨਵੀਂ ਜਨਰੇਸ਼ਨ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੀ ਬੁੱਕ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਜੀ ਮਿਹਰਬਾਨੀ ਜੀ ਬਹੁਤ ਬਹੁਤ ਜੀ ਧੰਨਵਾਦ ਜੀ ਤੇ ਹੁਣ ਇਹਨਾਂ ਦਰਸ਼ਕਾਂ ਲਈ ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਸੀ ਇਹਨਾਂ ਲਈ ਕਿਹੜਾ ਗੀਤ ਤੁਸੀਂ ਸੁਣਾਓਗੇ ਸਾਨੂੰ ਜਰੂਰ ਜੀ ਜਿੱਦਾਂ ਇਸ ਬੁੱਕ ਵਿੱਚੋਂ ਹੀ ਕੋਈ ਖਾਸ ਜੀ ਜਰੂਰ ਜੀ ਬਹੁਤ ਹੀ ਸਾਨੂੰ ਪਸੰਦ ਹੈ ਇਹ ਲੋਕ ਗੀਤ ਵੀ ਤੇ ਬਹੁਤ ਹੱਸਦੇ ਆ ਜਦੋਂ ਅਸੀਂ ਇਹਨੂੰ ਗਾਉਂਦੇ ਹਾਂ ਜੀ ਅਸੀਂ ਵੀ ਹੱਸਾਂਗੇ ਜਰੂਰ ਜੀ ਤੁਸੀਂ ਹੱਸਿਆ ਬਿਨਾਂ ਰਹਿ ਹੀ ਨਹੀਂ ਸਕਦੇ ਜੀ ਇੱਕ ਮੇਰੇ ਗੂੰਗੇ ਨੂੰ ਕੁੜਤਾ ਸਵਾ ਦਿਓ ਨੀ ਪੈੜਾ ਨੰਗੇ ਗਲ ਫਿਰਦਾ ਨੀ ਪੈੜਾ ਨੰਗੇ ਗਲ ਫਿਰਦਾ ਇਹਨਾਂ ਮਾਪਿਆਂ ਦਾ ਕੀ ਗਿਆਨੀ ਸਹੇੜ ਟਕ ਪੈਸਾ ਲਿਆ ਮੈਂ ਤਾਂ ਗੂੰਗੇ ਨੂੰ ਵੇਚਣ ਜਾਣਾ ਨੀ ਅੜੀਓ ਇੱਕ ਮੇਰੇ ਗੂੰਗੇ ਨੂੰ ਜੋੜਾ ਸਵਾ ਦਿਓ ਗੂੰਗੇ ਨੂੰ ਵੇਚਣ ਜਾਣਾ ਨੀ ਅੜੀਓ ਵਾਹ ਜੀ ਵਾਹ ਵਾਕਈ ਕਾਫੀ ਬਹੁਤ ਪਿਆਰਾ ਸੀਨ ਇਹਦੇ ਵਿੱਚ ਬਣਦਾ ਹੈ ਜਿਹਦੇ ਉੱਤੇ ਵਾਕਈ ਇਨਸਾਨ ਨੂੰ ਹਾਸਾ ਆਉਂਦਾ ਹੈ ਤੇ ਮੈਂ ਪੁੱਛਣਾ ਜ਼ਰੂਰ ਚਾਹੁੰਦੀ ਹਾਂ ਗੂੰਗਾ ਹੈ ਕੌਣ ਗੂੰਗਾ ਹੈ ਜੀ ਜਦੋਂ ਪੁਰਾਣੇ ਸਮੇਂ ਵਿੱਚ ਲੜਕੀ ਦਾ ਜਦੋਂ ਰਿਸ਼ਤਾ ਤੈਅ ਕਰਦੇ ਸੀ ਤਾਂ ਜਿਹੜਾ ਨਾਈ ਡੂਮ ਆ ਉਹੀ ਉਹਦਾ ਰਿਸ਼ਤਾ ਤੈਅ ਕਰਦੇ ਸੀ ਕੁੜੀ ਨੂੰ ਇਹ ਹੱਕ ਹੀ ਨਹੀਂ ਸੀ ਹੁੰਦਾ ਕਿ ਉਹਨੂੰ ਜਿਹੜਾ ਉਹਦਾ ਵਾਰ ਆ ਉਹ ਦੇਖਣ ਦਿੱਤਾ ਜਾਵੇ ਜਦੋਂ ਸਹੁਰੇ ਘਰ ਜਾ ਕੇ ਉਹਨੂੰ ਦੇਖਦੀ ਸੀ ਮੰਨ ਲਓ ਉਹਨੂੰ ਨਹੀਂ ਪਸੰਦ ਤਾਂ ਉਹ ਜਿਹੜਾ ਉਹਦਾ ਗਿਲਾ ਸ਼ਿਕਵਾ ਇਹ ਸਿੱਧਾ ਨਹੀਂ ਸੀ ਮਾਂ ਪਿਓ ਨੂੰ ਬਿਆਨ ਕਰਦੀ ਉਹ ਲੋਕ ਗੀਤਾਂ ਰਾਹੀਂ ਕੱਢਦੀ ਸੀਗੀ ਆਪਦਾ ਤੇ ਕਹਿ ਸਕਦੇ ਇਹ ਉਹਦਾ ਵਾਰ ਹੈ ਜਿਹਦੇ ਬਾਰੇ ਉਹ ਗਿਲਾ ਸ਼ਿਕਵਾ ਕਰ ਰਹੀ ਆ ਅੱਛਾ ਆਪਣੇ ਵਾਰ ਨੂੰ ਕਹਿ ਰਹੀ ਆ ਜੀ ਜੀ ਹੁਣ ਪਰਮ ਨੂੰ ਹਾਸਾ ਆਇਆ ਵਾਕਈ ਤੇ ਇੱਕ ਚੀਜ਼ ਜੋ ਖਾਸ ਤੌਰ ਤੇ ਧਿਆਨ ਸਾਡਾ ਖਿੱਚਦੀ ਹੈ ਕਿ ਤੁਸੀਂ ਇੰਨੇ ਗੀਤ ਕਿੱਦਾਂ ਕਲੈਕਟ ਕਰਦੇ ਹੋ ਕਿੱਥੋਂ ਕਿੱਥੋਂ ਤੁਸੀਂ ਇਕੱਠੇ ਕਰਕੇ ਲਿਆਉਂਦੇ ਹੋ ਇਹ ਅਨਮੋਲ ਮੋਤੀ ਕਿਉਂਕਿ ਅੱਜ ਸਮਾਜ ਦੇ ਵਿੱਚ ਇਹ ਸਭ ਚੀਜ਼ਾਂ ਖਿੰਡੀਆਂ ਪਈਆਂ ਨੇ ਉਹਨਾਂ ਨੂੰ ਇਕੱਠਾ ਕਰਨਾ ਇੱਕ ਬਹੁਤ ਮਿਹਨਤ ਦਾ ਕੰਮ ਹੈ ਹਾਂਜੀ ਅਸੀਂ ਪਹਿਲਾਂ ਤਾਂ ਆਪਦੇ ਪਿੰਡ ਤੋਂ ਹੀ ਸ਼ੁਰੂ ਕੀਤਾ ਸਾਰੇ ਲੋਕ ਗੀਤ ਸਿੱਖੇ ਇਕੱਠੇ ਕੀਤੇ ਬਾਅਦ ਵਿੱਚ ਹੁਣ ਅਸੀਂ ਵੱਖ ਵੱਖ ਪਿੰਡਾਂ ਵਿੱਚ ਜਾਂਦੇ ਹਾਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਬਜ਼ੁਰਗ ਔਰਤਾਂ ਨੂੰ ਇਹ ਗੀਤ ਆਉਂਦੇ ਆ ਅਸੀਂ ਉਹਨਾਂ ਕੋਲ ਜਾਂਦੇ ਹਾਂ ਉਹਨਾਂ ਤੋਂ ਲੋਕ ਗੀਤ ਇਕੱਠੇ ਕਰਦੇ ਹਾਂ ਸਿੱਖਦੇ ਹਾਂ ਗਾਉਣੇ ਸਿੱਖਦੇ ਹਾਂ ਜੀ ਔਰ ਇਸ ਨੂੰ ਗਾਉਣ ਦਾ ਤਰੀਕਾ ਇੱਕੋ ਹੀ ਹੈ ਕਿਉਂਕਿ ਤੁਸੀਂ ਜੋ ਵੀ ਗਾ ਰਹੇ ਹੋ ਇੱਕੋ ਹੀ ਸ਼ੈਲੀ ਹੈ ਜੀ ਔਰ ਉਸੇ ਤਰ੍ਹਾਂ ਹੀ ਜਿਸ ਆਪਾਂ ਕਹਿੰਦੇ ਮਿਊਜ਼ੀਕਲੀ ਜੀ ਇੱਕੋ ਹੀ ਚੀਜ਼ ਆਉਂਦੀ ਹੈ ਜੀ ਇਹ ਕੋਈ ਖਾਸ ਗੱਲ ਹੈ ਕਿ ਇਹਨੂੰ ਇੱਕੋ ਹੀ ਤਰੀਕੇ ਨਾਲ ਗਾਇਆ ਜਾ ਸਕਦਾ ਵਿਸ਼ੇ ਅਲੱਗ ਹੈ ਟੋਨ ਅਲੱਗ ਹੈ ਹਾਂਜੀ ਮਤਲਬ ਵੱਖਰੀ ਵੱਖਰੀ ਟੋਨ ਵਿੱਚ ਵੱਖਰਾ ਵੱਖਰਾ ਲੋਕ ਗੀਤ ਗਾਇਆ ਜਾਂਦਾ ਹੈ ਜੀ ਹਾਂਜੀ ਜਿਹੜੀ ਆਮ ਤੌਰ ਤੇ ਕਹਿ ਸਕਦੀ ਹਾਂ ਟੋਨ ਇੱਕ ਤਰ੍ਹਾਂ ਦੀ ਹੁੰਦੀ ਹੈ ਪਰ ਕੁਝ ਲੋਕ ਗੀਤ ਹੁੰਦੇ ਜਿਨ੍ਹਾਂ ਦੀ ਟੋਨ ਵੱਖਰੀ ਚਲੀ ਜਾਂਦੀ ਹੈ ਪਰ ਜ਼ਿਆਦਾਤਰ ਇੱਕੋ ਜੀ ਹੀ ਹੁੰਦੀ ਹੈ ਜੀ ਜੀ ਜਿਵੇਂ ਕਿ ਅੱਜ ਸਾਡੇ ਸੈੱਟ ਤੇ ਇੱਕ ਲੜਕਾ ਹੈ ਤੇ ਤਿੰਨ ਲੜਕੀਆਂ ਹੈ ਜੀ ਤੇ ਲੜਕੀਆਂ ਵਾਸਤੇ ਸੁਹਾਗ ਤੇ ਬਣਦਾ ਹੀ ਹੈ ਮੈਜੋਰਟੀ ਜੀ ਜ਼ਰੂਰ ਜੀ ਵਣ ਸਣ ਪੀਲਾ ਪੱਕੀਆਂ ਨੀ ਮੇਰੀ ਰਾਣੀ ਏ ਮਾਏ ਕੋਈ ਹੋਈਆਂ ਲਾਲ ਲਾਲ ਨੀ ਪਲੀਏ ਤੀਆਂ ਨੂੰ ਸਾਰੇ ਤੋਰ ਕੇ ਨੀ ਮੇਰੀ ਰਾਣੀ
ਜੀ ਵਾਹ, ਤੁਹਾਡੀ ਹੇਕ ਸੁਣ ਕੇ ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ, ਗੱਲਬਾਤ ਕਰਦੇ ਉਹਨਾਂ ਨਾਲ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੱਲਬਾਤ ਕਰ ਸਕਦੇ ਹੋ? ਕਰਮਜੀਤ ਜੀ, ਤੁਹਾਡੀ ਆਵਾਜ਼ ਪਹੁੰਚ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ। ਜੀ 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 ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਧੰਨਵਾਦ ਜੀ। ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਔਰ ਬੈਸਟ ਵਿਸ਼ਸ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਜਦੋਂ ਅਸੀਂ ਗੀਤ ਸੰਗੀਤ ਦੀ ਗੱਲ ਕਰੀਏ, ਤੁਸੀਂ ਸਟੇਜ ਦੇ ਉੱਤੇ ਪਰਫਾਰਮ ਕਰਦੇ ਹੋ ਜੀ, ਕਦੀ ਨਾ ਕਦੀ ਕੋਈ ਨਾ ਕੋਈ ਗਲਤੀ ਵੀ ਹੋ ਜਾਂਦੀ ਹੋਏਗੀ, ਤੇ ਉਹ ਗਲਤੀ ਨੂੰ ਕਿਵੇਂ ਸਾਂਭਦੇ ਹੋ ਉਸ ਵਕਤ ਦੋਵੇਂ ਜਾਣੇ ਮਿਲ ਕੇ? ਇਹ ਤਾਂ ਰਾਜ਼ ਦੀ ਗੱਲ ਪੁੱਛੀ ਹੈ। ਕਹਿ ਸਕਦੇ ਰਾਜ਼ ਦੀ ਗੱਲ ਪੁੱਛੀ ਹੈ, ਨਿੱਜੀ ਜਿਹਾ ਸਵਾਲ ਪੁੱਛਣਾ ਜੋ ਅਸੀਂ ਕਿਸੇ ਨੂੰ ਦੱਸਦੇ ਨਹੀਂ ਜੀ। ਐਕਚੁਅਲੀ ਅਸੀਂ ਦੋਵੇਂ ਗਾਉਣ ਦਾ ਕੰਬੀਨੇਸ਼ਨ ਇਹ ਹੈ ਕਿ ਵੀਰਪਾਲ ਥੋੜਾ ਜਿਹਾ ਉੱਚੀ ਗਾਉਂਦੀ ਹੈ, ਮੈਂ ਥੋੜਾ ਜਿਹਾ ਹੌਲੀ ਗਾਉਂਦੀ ਹਾਂ। ਉਹ ਮੈਂ ਵੀ ਨੋਟ ਕਰ ਰਹੀ ਸੀ, ਜਿੱਥੇ ਗਲਤੀ ਹੋ ਜਾਂਦੀ ਹੈ ਬਸ ਆਈ ਲੁਕੋ ਲਈਦੀ ਹੈ। ਪਵਨ ਨੇ ਮੈਨੂੰ ਦੱਸੀ ਸੀ ਰਾਜ ਦੀ ਗੱਲ ਕਿ ਜਿੱਥੇ ਇਹਨੂੰ ਲੱਗੇ ਕਿ ਹੁਣ ਥੋੜਾ ਜਿਹਾ ਗਲਤ ਹੋਣ ਲੱਗਿਆ ਇਹ ਹੌਲੀ ਹੋ ਜਾਂਦੀ, ਮੈਂ ਉਹਨੂੰ ਚੱਕ ਦਿੰਦੀ ਹਾਂ। ਤੇ ਜਦੋਂ ਤੁਸੀਂ ਸਟੇਜ ਦੇ ਉੱਤੇ ਪਰਫਾਰਮ ਕਰਨ ਜਾਂਦੇ ਹੋ, ਉਸ ਤੋਂ ਪਹਿਲਾਂ ਕੋਈ ਨਰਵਸਨੈਸ ਕਿ ਕਿਸ ਤਰ੍ਹਾਂ ਦਾ ਕੋਈ ਘਬਰਾਹਟ ਮਹਿਸੂਸ ਹੁੰਦੀ ਹੈ ਕਿ ਪਤਾ ਨਹੀਂ ਕਿੱਦਾਂ ਦੀ ਪਰਫਾਰਮੈਂਸ ਰਹੇਗੀ? ਬਿਲਕੁਲ, ਮੈਂ ਜੋ ਮਹਿਸੂਸ ਕੀਤਾ ਹਮੇਸ਼ਾ ਹੀ ਕੀਤਾ ਹੈ ਜੀ, ਜੋ ਚੀਜ਼ ਨੈਚੁਰਲ ਜਿਹੜੀ ਅਸੀਂ ਮੰਜਿਆਂ 'ਤੇ ਬਹਿ ਕੇ ਗਾਉਂਦੇ ਹਾਂ ਮਾਈਆਂ ਨਾਲ, ਉਦੋਂ ਜਿਹੜੀ ਜਦੋਂ ਸਟੇਜ 'ਤੇ ਪਰਫਾਰਮ ਕਰੀਦਾ, ਉਦੋਂ ਜਿਹੜੀ ਅੱਧੀ ਪਰਫਾਰਮੈਂਸ, ਮੈਂ ਕਹਿ ਸਕਦੀ ਹਾਂ ਕਿ ਅੱਧੀ ਪਰਫਾਰਮੈਂਸ ਰਹਿ ਜਾਂਦੀ ਹੈ ਸਾਡੀ ਅੱਜ ਉਹਦੇ ਨਾਲੋਂ। ਚੁੱਕੇ ਨੇ, ਕਿਹੜੇ ਕਿਹੜੇ ਅਵਾਰਡ ਸਾਨੂੰ ਤੁਸੀਂ ਦੱਸੋ? ਹਾਂਜੀ, ਸਭ ਤੋਂ ਪਹਿਲਾਂ ਸਭ ਤੋਂ ਵੱਡੀ ਪ੍ਰਾਪਤੀ ਜਿੱਥੋਂ ਸਾਡੇ ਟੈਲੈਂਟ ਨੂੰ ਪਹਿਚਾਣਿਆ ਗਿਆ, ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦੇ ਸੀ ਤਾਂ ਉੱਥੋਂ ਅਸੀਂ ਇਹਨਾਂ ਲੋਕ ਗੀਤਾਂ ਵਿੱਚ ਗੋਲਡ ਮੈਡਲਿਸਟ ਹਾਂ। ਵਾਹ! ਹਾਂਜੀ, ਸਾਡੀ ਕਿਸਮਤ ਨਾਲ ਪਹਿਲੀ ਵਾਰ ਫੋਕ ਫੈਸਟੀਵਲ ਹੋਇਆ ਉੱਥੇ ਜੀ, ਜਦੋਂ ਅਸੀਂ ਉੱਥੇ ਪਹਿਲੀ ਵਾਰ ਪਾਰਟਿਸਿਪੇਟ ਕੀਤਾ, ਉੱਥੇ 13 ਟੀਮਾਂ ਆਈਆਂ ਸੀ ਸਾਰੇ ਜ਼ਿਲ੍ਹਿਆਂ ਤੋਂ, ਸਾਰੀਆਂ ਟੀਮਸ ਦੇ ਕੋਚ ਆਏ ਸੀ, ਪਰ ਮੈਂ ਵੀਰਪਾਲ ਅਤੇ ਦੋ ਮਾਨਸਾ ਤੋਂ ਸਾਡੀਆਂ ਸਹੇਲੀਆਂ ਸੀ ਨਾਲ, ਅਸੀਂ ਇਕੱਲੇ ਹੀ ਪ੍ਰੈਕਟਿਸ ਕਰਦੇ ਹੁੰਦੇ ਸੀ, ਸਾਡਾ ਕੋਈ ਕੋਚ ਨਹੀਂ ਸੀ ਜੀ, ਅਤੇ ਚੰਗੀ ਕਿਸਮਤ ਨਾਲ ਉੱਥੋਂ ਅਸੀਂ ਲੋਕ ਗੀਤ ਜਿੱਤੇ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਕੀ ਬਾਤ ਹੈ! ਔਰ ਜਦੋਂ ਤੁਸੀਂ ਲਗਾਤਾਰ ਜਿੱਤਦੇ ਜਾ ਰਹੇ ਹੋ, ਕਿਉਂਕਿ ਅੱਜ ਵੀ ਤੁਸੀਂ ਜਿੱਤ ਹੀ ਰਹੇ ਹੋ, ਔਰ ਜੋ ਇਨਸਾਨ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਦਾ ਉਹ ਹਮੇਸ਼ਾ ਜਿੱਤਦਾ ਹੈ ਜੀ, ਬਿਲਕੁਲ। ਔਰ ਤੁਸੀਂ ਇਹ ਸੋਚਦੇ ਹੋ ਕੋਈ, ਮਤਲਬ ਇੱਕ ਸੁਪਨਾ ਹੁੰਦਾ ਹੈ ਜਿੱਦਾਂ ਕਿ ਇਸ ਵਿਰਾਸਤ ਨੂੰ ਅੱਗੇ ਸਾਂਭ ਕੇ ਰੱਖਿਆ ਜਾਏ, ਸਰਕਾਰਾਂ ਵੱਲੋਂ ਮਦਦ ਮਿਲੇ, ਸਕੂਲਾਂ ਵਿੱਚ ਕਾਲਜਾਂ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਹੋਵੇ ਕਿ ਜਿੱਥੇ ਸਾਡਾ ਵਿਰਸਾ ਸਾਂਭ ਕੇ ਰੱਖਿਆ ਜਾਵੇ, ਸਾਡੇ ਸਿਲੇਬਸ ਦਾ ਹਿੱਸਾ ਹੋਵੇ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾਟਕ ਸਾਡੇ ਸਿਲੇਬਸ ਦਾ ਹਿੱਸਾ ਹੋਵੇ, ਇਸ ਤਰ੍ਹਾਂ ਦੀ ਸੋਚ, ਇਸ ਤਰ੍ਹਾਂ ਦਾ ਸੁਪਨਾ ਤੁਹਾਡਾ ਜੀ? ਅਸੀਂ, ਮੈਂ ਤੇ ਪਵਨ ਹਮੇਸ਼ਾ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਜਾਂ ਸਰਕਾਰਾਂ ਕਹਿ ਲਓ, ਉਹ ਗਿੱਧੇ, ਭੰਗੜੇ, ਨਾਟਕ ਇਹਨਾਂ ਚੀਜ਼ਾਂ 'ਤੇ ਬਹੁਤ ਜ਼ਿਆਦਾ ਖਰਚ ਵੀ ਕਰਦੇ ਆ, ਉਹਨਾਂ ਨੂੰ ਅੱਗੇ ਲੈ ਕੇ ਜਾ ਰਿਹਾ, ਪਰ ਜਿਹੜੇ ਲੋਕ ਗੀਤ ਆ ਇਹਨਾਂ ਨੂੰ ਹਮੇਸ਼ਾ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ, ਜੋ ਕਿ ਨਹੀਂ ਚਾਹੀਦਾ। ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੂੰ ਸਾਂਭਣ ਲਈ ਜੋ ਸਾਂਭ ਰਿਹਾ ਉਹਨੂੰ ਵੀ ਸਹਿਯੋਗ ਦੇਣਾ ਚਾਹੀਦਾ, ਉਹਨੂੰ ਵੀ ਇੱਕ ਪਲੇਟਫਾਰਮ ਦੇਣਾ ਚਾਹੀਦਾ। ਲੋਕ ਗੀਤਾਂ ਦੇ ਕੰਪੀਟੀਸ਼ਨ ਕਿਉਂ ਨਹੀਂ ਕੀਤੇ ਜਾਂਦੇ ਟੀਵੀ 'ਤੇ? ਆਮ ਹੀ ਅਸੀਂ ਦੇਖਦੇ ਹਾਂ ਜਿਹੜੇ ਗੀਤਾਂ ਦੇ, ਜੋ ਟੀਵੀ ਦੇ ਗੀਤ ਆ, ਉਹਨਾਂ ਦੀ ਜ਼ਰੂਰ ਕੰਪੀਟੀਸ਼ਨ ਹੁੰਦੇ। ਜੇ ਇਹਨਾਂ ਲੋਕ ਗੀਤਾਂ ਦੇ ਕੰਪੀਟੀਸ਼ਨ ਕੀਤੇ ਜਾਣ ਤਾਂ ਬੱਚੇ ਕਿਉਂ ਨਾ ਸਿੱਖਣਗੇ ਔਰ ਕਿਉਂ ਨਾ ਪਾਰਟੀਸਪੇਟ ਕਰਨਗੇ ਇਹਨਾਂ ਵਿੱਚ, ਇਹ ਆਪਣੇ ਆਪ ਸਾਂਭੇ ਜਾਣਗੇ। ਹਾਂਜੀ, ਇੱਕ ਗੱਲ ਦਾ ਮੈਂ ਜ਼ਿਕਰ ਕਰਨਾ ਚਾਹੂੰਗੀ, ਅਸੀਂ ਬਹੁਤ ਖੁਸ਼ਕਿਸਮਤ ਹਾਂ ਜਿਹੜੇ ਕਾਲਜ ਵਿੱਚ ਅਸੀਂ ਪੜ੍ਹਾ ਰਹੇ ਹਾਂ ਜੀ, ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਜੀਤ ਸਿੰਘ ਸਿੱਧੂ ਜੀ,
ਉਹ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਸ ਕਲਾ ਨੂੰ, ਉਹ ਪਹਿਚਾਣਦੇ ਆ, ਉਹ ਬੱਚਿਆਂ ਨੂੰ ਅੱਗੇ ਵਧਣ ਦੇ ਬਹੁਤ ਜ਼ਿਆਦਾ ਮੌਕੇ ਦਿੰਦੇ ਆ, ਖਾਸ ਕਰਕੇ ਕੁੜੀਆਂ ਨੂੰ। ਜੀ ਸ਼ਾਇਦ ਇਸੇ ਕਰਕੇ ਤੁਸੀਂ ਉੱਥੇ ਹੋ। ਜੀ ਬਿਲਕੁਲ ਜੀ ਬਿਲਕੁਲ। ਤੇ ਹੁਣ ਥੋੜਾ ਜਿਹਾ ਕਿਉਂ ਨਾ ਸੰਜੀਵ ਜੀ ਵਿਆਹ ਸ਼ਾਦੀਆਂ ਦਾ ਮਾਹੌਲ ਹੋ ਜਾਵੇ। ਛੜਿਆਂ ਦੀ ਕਿਸਮਤ ਮਾੜੀ ਨੀ ਪਿੰਡੋਂ ਨਿਕਲ ਜਾਣਗੇ, ਮਾਮੀ ਕੁੜੀਏ ਛੜਿਆਂ ਤੋਂ ਤਾਰਿਕ ਡਾਰੀਏ, ਦੋਣਾ ਮੋਰੀ ਥਾਣੀ ਦੋਣਾ ਮੋਰੀ ਥਾਣੀ ਮਾਂਝ ਕੇ ਫੜਾ, ਚਾਚੀ ਕੁੜੀਏ ਸੁੱਕੀ ਲੱਕੜ ਦੇ ਤਖਤੇ ਨੀ ਤੱਕਾ ਮਾਰੇ ਨਈਓ ਖੁੱਲਦੇ, ਇਹ ਤਾਂ ਖੁੱਲਦੇ ਪੈਰ ਦੇ ਤੜਕੇ ਨੀ ਤੱਕਾ ਮਾਰੇ ਨਈਓ ਖੁੱਲਦੇ। ਬਹੁਤ ਪਿਆਰਾ। ਔਰ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਮਦਦ ਮਿਲਣੀ ਚਾਹੀਦੀ ਹੈ ਸਰਕਾਰਾਂ ਵੱਲੋਂ, ਔਰ ਤੁਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰ ਰਹੇ ਹੋ, ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਕੋਸ਼ਿਸ਼ ਕਰ ਰਹੇ ਹੋਣਗੇ ਔਰ ਤੁਹਾਡੇ ਸੰਪਰਕ ਵਿੱਚ ਵੀ ਹੋਣਗੇ। ਜੀ ਬਹੁਤ ਜ਼ਿਆਦਾ। ਤਾਂ ਇਸ ਨੂੰ ਇੱਕ ਕਲੱਬ ਦਾ ਰੂਪ ਦੇਣ ਦਾ ਕੁਝ ਸੋਚਿਆ ਹੈ ਕਿ ਲੋਕ ਗੀਤਾਂ ਨੂੰ ਸਮਰਪਿਤ ਇੱਕ ਐਸੋਸੀਏਸ਼ਨ ਜਾਂ ਇੱਕ ਕਲੱਬ ਹੋਵੇ ਜੋ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲੇ? ਬਿਲਕੁਲ, ਅਸੀਂ ਆਪਦੇ ਲੈਵਲ 'ਤੇ ਜਿੰਨਾ ਕਰ ਸਕਦੇ ਹਾਂ ਉਹ ਕਰ ਰਹੇ ਹਾਂ, ਪਰ ਸਾਨੂੰ ਲੋੜ ਹੈ ਕਿ ਸਾਨੂੰ ਜਿਹੜਾ ਸਹਿਯੋਗ ਦਿੱਤਾ ਜਾਵੇ। ਜਿਹੜੀ ਇਹ ਸਾਡੀ ਕਿਤਾਬ ਹੈ ਇਹ ਵੀ ਇੱਕ ਅਨਮੋਲ ਰਤਨ ਟਰੱਸਟ ਵੱਲੋਂ ਛਾਪੀ ਗਈ ਆ, ਜੋ ਕਹਿ ਸਕਦੇ ਉਹਨਾਂ ਨੇ ਫ੍ਰੀ ਛਾਪੀ ਆ ਜੀ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦਾ ਕਲੱਬ ਹੈ ਜੋ ਸਾਨੂੰ ਇਸ ਆਪਣੇ ਵਿੱਚ ਕਹਿ ਸਕਦੇ ਹਾਂ ਕਲੱਬ ਵਿੱਚ ਲਵੇ, ਤਾਂ ਸਾਡੇ ਤੋਂ ਜਿਹੜਾ ਇਹ ਕੰਮ ਅੱਗੇ ਤੱਕ ਲੈ ਕੇ ਜਾਵੇ। ਇਹ ਕਹਿ ਸਕਦੇ ਹਾਂ ਕਿ ਅੱਜ ਸਾਡੇ ਕੋਲ ਉਹਨੇ ਇਨਕਮ ਸੋਰਸਿਸ ਨਹੀਂ ਹੈਗੇ, ਜੋ ਆਉਣ ਵਾਲੇ ਸਮੇਂ 'ਚ ਜੇ ਹੋਣਗੇ ਤਾਂ ਅਸੀਂ ਇਸ ਤੋਂ ਵੀ ਉੱਪਰ ਬੁਲੰਦੀਆਂ ਵਿੱਚ ਜਾਵਾਂਗੇ, ਤਾਂ ਜਿਹੜਾ ਸਹੀ ਰੂਪ ਆ ਲੋਕ ਗੀਤਾਂ ਦਾ ਉਹ ਲੋਕਾਂ ਸਾਹਮਣੇ ਲੈ ਕੇ ਆਵਾਂਗੇ। ਔਰ ਇੱਕ ਪਰਮਜੀਤ ਇਹ ਚੀਜ਼ ਵੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਤੁਸੀਂ ਆਪਣੀ ਵੈਬਸਾਈਟ ਇੱਕ ਬਣਾ ਕੇ ਲਾਂਚ ਕਰੋ, ਉਹਦੇ ਵਿੱਚ ਤੁਸੀਂ ਆਪਣੀ ਇੱਕ ਕਿਤਾਬ ਪਾਓ ਤੇ ਨਾਲ ਆਪਣੀ ਸੀਡੀ ਵੀ ਪਾਓ ਤਾਂ ਕਿ ਪੂਰੀ ਦੁਨੀਆ ਵਿੱਚ ਫੈਲ ਜਾਏ, ਕਿਉਂਕਿ ਬਹੁਤ ਅੱਛੀ ਚੀਜ਼ ਹੈ ਔਰ ਪੂਰੀ ਦੁਨੀਆ 'ਚ ਫੈਲਣੀ ਹੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ ਦੱਸਣਾ ਚਾਹਾਂਗੇ ਸਾਡੀ ਕਿਤਾਬ ਸਾਰੇ ਦੇਸ਼ਾਂ 'ਚ ਜਾ ਚੁੱਕੀ ਹੈ ਤੇ ਬਹੁਤ ਹੀ ਚੰਗਾ ਹੁੰਗਾਰਾ, ਮਤਲਬ ਇੱਥੋਂ ਨਾਲੋਂ ਵੀ ਚੰਗਾ ਹੁੰਗਾਰਾ ਮਿਲਿਆ ਸਾਡੀ ਕਿਤਾਬ ਨੂੰ। ਉਹ ਲੋਕ ਹਾਲੇ ਤੱਕ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕੀ ਬਾਤ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅੱਗੇ ਬੋਲੀਆਂ ਦੀ ਜਿਹੜੀ ਰਿਕਾਰਡਿੰਗ ਆ ਹੁਣ ਤੁਸੀਂ ਉਹ ਕਰੋ ਤੇ ਉਹਦਾ ਖਰਚਾ ਉਹ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਖੁਦ ਕਰਾਂਗੇ, ਤੁਸੀਂ ਅੱਗੇ ਵਧੋ। ਵਾਹ ਜੀ ਵਾਹ। ਤੇ ਬੋਲੀਆਂ ਦੀ ਫਿਰ ਹੁਣ ਤੁਸੀਂ ਕਰ ਦਿੱਤੀ ਆ? ਬਿਲਕੁਲ, ਅਸੀਂ ਨਾਲ ਨਾਲ ਜਿਹੜਾ ਜਦੋਂ ਹੀ ਸਾਨੂੰ ਥੋੜਾ ਮੌਕਾ ਮਿਲਦਾ ਹੈ ਰਜੀਵਿਆਂ ਤੋਂ, ਤਾਂ ਅਸੀਂ ਜਿਹੜਾ ਬੋਲੀਆਂ ਉਹ ਇਕੱਠੀਆਂ ਕਰਦੇ ਪਏ ਹਾਂ ਤੇ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੋਲੀਆਂ ਦੀ ਕਿਤਾਬ ਤੇ ਨਾਲ ਰਿਕਾਰਡਿੰਗ ਹੋਵੇ। ਤੇ ਕਿਉਂ ਨਾ ਫਿਰ ਸ਼ੁਰੂਆਤ ਦੂਰਦਰਸ਼ਨ ਤੋਂ ਹੀ ਕੀਤੀ ਜਾਵੇ ਉਹਨਾਂ ਬੋਲੀਆਂ ਦੀ? ਬਿਲਕੁਲ ਕੀਤੀ ਜਾਵੇ ਜੀ। ਲਿਖਣੇ ਨੂੰ ਆਈ ਤੇਰੇ ਕੋਲ ਪਰਵਾਨਾ, ਲਿਖਣਾ ਤਾਂ ਲਿਖ ਨਹੀਂ ਮੋੜ ਬੇਈਮਾਨਾ, ਖੋਲ ਕੇ ਜਾਈ ਵੇ ਮੇਰੇ ਸ਼ਗਨਾ ਦਾ ਗਾਨਾ, ਖੋਲ ਕੇ ਜਾਈ ਵੇ ਮੇਰੇ ਸ਼ਗਨਾ ਦਾ ਗਾਨਾ। ਸਹੁਰੇ ਸਹੁਰੇ ਕਰਦੀਓ ਕੁੜੀਓ ਕੀ ਸਹੁਰਿਆਂ ਤੋਂ ਲੈਣਾ, ਨੀ ਪਹਿਲਾਂ ਦਿੰਦੇ ਖੰਡ ਦੀਆਂ ਚਾਹਾਂ, ਪਹਿਲਾਂ ਦਿੰਦੇ ਖੰਡ ਦੀਆਂ ਚਾਹਾਂ, ਫੇਰ ਦਿੰਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ ਨੀ ਰੰਗ ਬਦਲ ਗਿਆ। ਇੱਕ ਪਿਆਰੀ ਨਣਦੇ ਤੂੰ ਨੀ ਲੱਗਦੀ, ਦੂਜਾ ਪਿਆਰਾ ਤੇਰਾ ਵੀਰ ਨੀ ਜਦ ਗਾਲਾਂ ਕੱਢਦਾ, ਦੰਦਾਂ ਦਾ ਹੱਸਦਾ ਪੀੜ ਨੀ ਜਦ ਕੁੱਟਣ ਲੱਗਦਾ, ਪੋਰਾ ਨਾ ਲੱਗਦੀ ਪੀੜ ਨੀ। ਵਾਹ ਜੀ ਵਾਹ, ਇਹ ਬਹੁਤ ਅੱਛੀ ਵਾਕਈ ਜੀ, ਇਹ ਬਹੁਤ ਵਧੀਆ ਜੀ। ਤੇ ਵੀਰਪਾਲ ਜੀ ਤੇ ਪਵਨਦੀਪ ਜੀ, ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਹੁੰਗਾਰਾ ਮਿਲਦਾ ਜਦੋਂ ਤੁਸੀਂ ਘਰ ਦੇ ਵਿੱਚ ਗੁਣਗੁਣਾਉਂਦੇ ਹੋ ਲੋਕ ਗੀਤ?
जी मेरे घर विच जी मेरे मम्मी डैडी वीरा भाभी छोटे भतीजा भतीजी छोटी मेरी भैन दादा दादी जी ते जदों ही मतलब असी फ्री हुंने आ मेरे मम्मी जिहड़ा तुहानूं मैं लोक गीत सुनाया वंसण पीलां पक्कियां नी मेरी राणी माई उन्हां दी हमेशा ही गल हुंदी आ सानूं इह सुना दो आपां इकट्ठे गाईए तां जिहड़ा माहौल आ चलदा रहिंदा आ आपस में गुणगुणांदे रहिंदा इह लोक गीत क्या बात है ते पवन जी तुहाडे घर साडे परिवार विच मेरे मम्मी डैडी इक मेरा वड्डा वीरा ते मैं ਉਹਨਾਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਖਾਸ ਕਰਕੇ ਮੇਰੇ ਭਰਾ ਦਾ ਕੀ ਬਾਤ ਹੈ ਤੇ ਸੁਣਦੇ ਰਹਿੰਦੇ ਹੁਣੇ ਫਿਰ ਘੋੜੀਆਂ ਤੁਹਾਡੇ ਕੋਲ ਬਿਲਕੁਲ ਜੀ ਮੰਮੀ ਕੱਲ ਹੀ ਨਵੀਆਂ ਬੋਲੀਆਂ ਸਿਖਾਈਆਂ ਵਾਹ ਵਾਹ ਜਿਹੜੀ ਬੋਲੀ ਪਸੰਦ ਕੀਤੀ ਉਹ ਪਵਨ ਦੇ ਮੰਮੀ ਨੇ ਸਿਖਾਈ ਹੈ ਜੀ ਸਾਨੂੰ ਅੱਛਾ ਜੀ ਕੀ ਬਾਤ ਹੈ ਅਸੀਂ ਵੀ ਪਸੰਦ ਕਰਾਂਗੇ ਤੁਹਾਨੂੰ ਵੀ ਤੁਸੀਂ ਸਿਖਾਓ ਬਿਲਕੁਲ ਜੀ ਤੇ ਹੁਣ ਆਪਾਂ ਅਗਲੇ ਗੀਤ ਵੱਲ ਆ ਜਾਈਏ ਹੀਰ ਰਾਂਝਾ ਸੁਣਿਆ ਕਦੀ ਮੈਂ ਕੱਲ ਦੀ ਬੋਲੀ ਦੀ ਗੱਲ ਕਰ ਰਿਹਾ ਹਾਂ ਜੀ ਕੱਲ ਦੀ ਬੋਲੀ ਠੀਕ ਹੈ ਕੱਲ ਦੀ ਬੋਲੀ ਜੋ ਮੰਮੀ ਨੇ ਸਿਖਾਈ ਹੈ ਠੀਕ ਹੈ ਜੀ ਪਹਿਲਾਂ ਉਹ ਬੋਲੀ ਸੁਣਦੇ ਆ ਹਰਾ ਹਰਾ ਸਾਗ ਚਲਾਈਦਾ ਵੇਲਾ ਮਾਲਈਆਂ ਤੇ ਲੈਣ ਕਿਉਂ ਨਾ ਆਈਦਾ ਵੇਲਾ ਮਾਲਈਆਂ ਤੇ ਲੈਣ ਕਿਉਂ ਨਾ ਆਈਦਾ ਵੇ ਡੱਬਾ ਵੇ ਆਪਣੀ ਮੈਂ ਭੱਜ ਗਈ ਮੋੜ ਲਿਆ ਮੂੰਹ ਟੱਡਾ ਵੇ ਆਪਣੀ ਮੈਂ ਭੱਜ ਗਈ ਮੋੜ ਲਿਆ ਮੂੰਹ ਟੱਡਾ ਵੇ ਆਪਣੀ ਮੈਂ ਭੱਜ ਗਈ ਕੀ ਬਾਤ ਹੈ ਮੇਰਾ ਤਾਂ ਕਿੱਦਾਂ ਪਾਉਣਾ ਦਿਲ ਕਰ ਰਿਹਾ ਜ਼ਰੂਰ ਪਾਓ ਕਿਉਂਕਿ ਮਾਹੌਲ ਵੀ ਹੈ ਔਰ ਸਾਗ ਦਾ ਮੌਸਮ ਵੀ ਹੈ ਇਸ ਕਰਕੇ ਸਾਗ ਚਲਾਈਦਾ ਹੋ ਗਿਆ ਜੀ ਤੇ ਫਿਰ ਹੁਣ ਆਪਾਂ ਆਨੇ ਆ ਲੋਕ ਗੀਤ ਹੀਰ ਰਾਂਝੇ ਦੇ ਜਿਹੜੇ ਰਾਂਝੇ ਤੇ ਆਉਨੇ ਹਾਂ ਔਰ ਮੇਰੇ ਮਨ ਵਿੱਚ ਇੱਕ ਸਵਾਲ ਇਹ ਆ ਰਿਹਾ ਹੈ ਜੀ ਕਿ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਤੁਹਾਨੂੰ ਸਪੋਰਟ ਕਰਦਾ ਹੈ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਡੀਆਂ ਸਹੇਲੀਆਂ ਜੀ ਉਹਨਾਂ ਦਾ ਕਿੰਨਾ ਕੁ ਯੋਗਦਾਨ ਹੈ ਕਿੰਨਾ ਕੁ ਸਹਿਯੋਗ ਹੈ ਬਹੁਤ ਹੀ ਜ਼ਿਆਦਾ ਬਹੁਤ ਹੀ ਸਭ ਤੋਂ ਵੱਧ ਜਿੱਥੇ ਅਸੀਂ ਕਾਲਜ 'ਚ ਪੜ੍ਹਾ ਰਹੇ ਹਾਂ ਸਾਡੇ ਸਟਾਫ ਦਾ ਸਾਡੀਆਂ ਸਹੇਲੀਆਂ ਦਾ ਅੱਜ ਸਾਰੇ ਟੀਵੀ ਮੂਹਰੇ ਬੈਠੇ ਹੋਣਗੇ ਸਾਰੇ ਕੰਮ ਛੱਡ ਕੇ ਸਾਰੇ ਕੰਮ ਛੱਡ ਕੇ ਬਿਲਕੁਲ ਜੀ ਮੈਨੂੰ ਲੱਗਦਾ ਅੱਜ ਰੋਟੀ ਹਲੇ ਤੱਕ ਨਹੀਂ ਪੱਕੀ ਹੋਊਗੀ ਕੋਈ ਨਹੀਂ ਸਾਗ ਖਵਾਵਾਂਗੇ ਬਹੁਤ ਜ਼ਿਆਦਾ ਸਹਿਯੋਗ ਹੈ ਹਮੇਸ਼ਾ ਸਾਨੂੰ ਕਹਿੰਦੇ ਰਹਿੰਦੇ ਆ ਅੱਜ ਵੀ ਤੁਹਾਨੂੰ ਦੱਸਾਂਗੇ ਕਿ ਸਾਡੇ ਕਾਲਜ ਵਿੱਚ ਫਾਈਨਲ ਐਗਜ਼ਾਮ ਸ਼ੁਰੂ ਹੈ ਬੱਚਿਆਂ ਦੇ ਸਾਡੀਆਂ ਡਿਊਟੀਆਂ ਲੱਗੀਆਂ ਸੀ ਪਰ ਸਾਡੇ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਜਾਓ ਸਾਡਾ ਸਟਾਫ ਕਹਿੰਦਾ ਅਸੀਂ ਮੈਨੇਜ ਕਰ ਲਾਂਗੇ ਤੁਸੀਂ ਜਾਓ ਵਾਹ ਜੀ ਵਾਹ ਤੋ ਮਤਲਬ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਆਪਣੇ ਸਰਕਲ ਵਿੱਚ ਮਕਬੂਲ ਹੋ ਕੇ ਤੁਸੀਂ ਮਸ਼ਹੂਰ ਹੋ ਫੇਮਸ ਹੋ ਜਿੱਥੇ ਜਾਂਦੇ ਹੋ ਤੁਹਾਡੀ ਪਛਾਣ ਬਣੀ ਹੋਈ ਹੈ ਕਿ ਇਹ ਉਹ ਕੁੜੀਆਂ ਨੇ ਜੋ ਲੋਕ ਗੀਤਾਂ ਨੂੰ ਸਾਂਭ ਕੇ ਰੱਖਿਆ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਜਦੋਂ ਸਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਬਹੁਤ ਅੱਛੀਆਂ ਸ਼ਖਸੀਅਤਾਂ ਅਸੀਂ ਕਹਿੰਦੇ ਉਹਦੀ ਕਿਰਪਾ ਕਰਕੇ ਇੱਦਾਂ ਨਾ ਆਖੋ ਅਸੀਂ ਵੀ ਆਮ ਇਨਸਾਨ ਹਾਂ ਤੁਸੀਂ ਤੁਹਾਡੇ ਵਰਗੇ ਹਾਂ ਪਰ ਬਹੁਤ ਅੱਛਾ ਲੱਗਦਾ ਹੈ ਜਦੋਂ ਇੱਦਾਂ ਕਹਿੰਦੇ ਆ ਸਾਨੂੰ ਆਮ ਇਨਸਾਨ ਜਦੋਂ ਖਾਸ ਕੰਮ ਕਰਦਾ ਨਾ ਉਦੋਂ ਫਿਰ ਖਾਸ ਸ਼ਖਸੀਅਤ ਬਣ ਜਾਂਦਾ ਬਿਲਕੁਲ ਜੀ ਤੇ ਹਜੇ ਤੱਕ ਉਹ ਫਰਮਾਇਸ਼ ਬਿਲਕੁਲ ਅਧੂਰੀ ਹੈ ਕੀਮਿਆਂ ਵਾਲਾ ਸੁਣਾ ਦੀਏ ਜੀ ਜੀ ਤੁਹਾਡੀ ਮਰਜ਼ੀ ਹੈ ਕੋਈ ਵੀ ਸੁਣਾ ਸਕਦੇ ਹੋ ਉੱਚੇ ਤਾਂ ਖੇੜੇ ਸਾਸ ਜੋ ਪਰਦੀ